ਸਤਿ ਸ਼੍ਰੀ ਅਕਾਲ ਵੀਵਰਸ, ਸਵਾਗਤ ਹੈ ਤੁਹਾਡਾ ਟ੍ਰੈਂਡਿੰਗ ਕਲੈਕਸ਼ਨ 'ਚ। ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਨਿਊ ਡਿਜ਼ਾਈਨ ਦੇ ਸੂਟ। ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ। ਅੱਜ ਦਾ ਫਸਟ ਆਰਟੀਕਲ, ਇਹ ਪਿਓਰ ਕਾਟਨ ਦਾ ਸੂਟ ਆ। ਪ੍ਰਿੰਟ ਵਾਲੀ ਸ਼ਰਟ ਆ, ਇਹਦੇ ਵਿੱਚ ਵਰਕ ਹੋਇਆ ਹੋਇਆ, ਸੀਕੁਐਂਸ ਵਰਕ ਹੋਇਆ ਹੋਇਆ, ਥਰੈਡ ਵਰਕ ਹੋਇਆ ਹੋਇਆ, ਬੇਲਾਂ ਬਣੀਆਂ ਹੋਈਆਂ ਨੇਗੀਆਂ। ਇਹਦੀ ਬੈਕ ਵੀ ਸੇਮ ਰਹੇਗੀ ਵਰਕ ਵਾਲੀ। ਸਾਈਡ ਤੋਂ ਇਹਦੇ ਬਾਜੂ ਨਿਕਲ ਆਉਣਗੀਆਂ, ਬਾਜੂ ਤੇ ਵੀ ਇੱਦਾਂ ਹੀ ਵਰਕ ਆਏਗਾ। ਪ੍ਰਿੰਟ ਵਾਲੀ ਇਹਦੀ ਬੋਟਮ ਰਹੇਗੀ, ਸੈਲਫ ਪ੍ਰਿੰਟ ਦੀ ਬੋਟਮ ਹੈ ਇਹਦੀ। ਇਹਦੇ ਨਾਲ ਪਿਓਰ ਪ੍ਰਿੰਟ ਦੇ ਦੁਪੱਟਾ ਆਏਗਾ। ਬਹੁਤ ਪਿਆਰਾ ਦੁਪੱਟਾ ਹੈ, ਇਹ ਪਿਓਰ ਦਾ ਦੁਪੱਟਾ ਆ। 5 ਮੀਟਰ ਦਾ ਸੂਟ ਰਹੇਗਾ ਇਹ। ਇਹਦੇ 'ਚ 3 ਕਲਰ ਆਉਣਗੇ। ਇਹ ਨੈਕਸਟ ਕਲਰ ਹੈਗਾ ਆਰਟੀਕਲ ਦਾ। ਸੇਮ ਹੀ ਵਰਕ ਆਏਗਾ, ਪ੍ਰਿੰਟ ਸ਼ਰਟ ਆਏਗੀ ਔਰ ਇਹਦੇ 'ਚ ਵਰਕ ਆਏਗਾ, ਥਰੈਡ ਵਰਕ ਆਏਗਾ, ਸੀਕੁਐਂਸ ਵਰਕ ਆਏਗਾ। ਇਹ ਨੀਚੇ ਘੇਰੇ ਤੇ ਜਿਹੜੀ ਬੋਟਮ ਨਾਲ ਦੀ ਪੱਟੀ ਰਹੇਗੀ, ਇਹਦੀ ਸੇਮ ਬੈਕ ਆਏਗੀ, ਬੈਕ ਤੇ ਵੀ ਵਰਕ ਹੋਏਗਾ। ਸੈਲਫ ਪ੍ਰਿੰਟ ਦੀ ਜਿਹੜੀ ਇਹਦੀ ਬੋਟਮ ਆਏਗੀ। ਤਿੰਨੋਂ ਕਲਰ ਬਹੁਤ ਪਿਆਰੇ। ਪਿਓਰ ਦਾ ਇਹਦਾ ਦੁਪੱਟਾ ਰਹੇਗਾ, ਪ੍ਰਿੰਟ ਵਾਲਾ ਬਹੁਤ ਪਿਆਰਾ ਜਿਹੜਾ ਦੁਪੱਟਾ ਹੈ ਇਹਦਾ। 2.5 ਮੀਟਰ ਦਾ ਦੁਪੱਟਾ ਆਏਗਾ। ਦੁਪੱਟੇ ਤੇ ਜਿਹੜੀ ਹੈਗੀ ਆ ਪੀਕੋ ਕੀਤੀ ਹੋਈ ਆ। ਨੈਕਸਟ ਮਸਟਰਡ ਕਲਰ ਆਏਗਾ। ਸੇਮ ਵਿੱਚ ਜਿਹੜਾ ਵਰਕ ਆਏਗਾ, ਬਾਰਡਰ ਤੇ ਇਹਦੇ ਨੀਚੇ ਆ ਜਿਹੜਾ ਬੋਟਮ ਨਾਲ ਦੀ ਪੱਟੀ ਆਏਗੀ। ਬੋਟਮ ਸੈਲਫ ਪ੍ਰਿੰਟ ਚ ਆਏਗੀ। ਪਿਓਰ ਦਾ ਦੁਪੱਟਾ ਆਏਗਾ, ਬਹੁਤ ਪਿਆਰਾ ਦੁਪੱਟਾ ਆ। ਇਹਦੇ 'ਚ 3 ਕਲਰ ਅਵੇਲੇਬਲ ਆ, ਤੁਸੀਂ ਆਰਡਰ ਕਰ ਸਕਦੇ ਹੋ। ਬਹੁਤ ਪਿਆਰੇ ਸੂਟ ਨੇਗੇ, ਇਹਦੇ 'ਚ ਲਾਈਨਿੰਗ ਦੀ ਕੋਈ ਜ਼ਰੂਰਤ ਨਹੀਂ ਆ। ਨੈਕਸਟ ਸੋਲੋ ਪੀਸ ਆ। ਇਹਦੇ ਗਲੇ ਤੇ ਵਰਕ ਆਏਗਾ, ਇਹ ਨੀਚੇ ਘੇਰੇ ਤੇ ਆਏਗਾ, ਘੇਰੇ ਤੇ ਨੀਚੇ ਕੱਟ ਵਰਕ ਹੋਇਆ ਹੋਇਆ।
ਬਾਜੂ ਪਲੇਨ ਰਹਿਣਗੀਆਂ, ਬੋਟਮ ਇਹਦੀ ਰਿਓਨ ਕਾਟਨ ਦੀ ਪਲੇਨ ਆਏਗੀ, ਮਸਲੀਨ ਇਹਦਾ ਦੁਪੱਟਾ ਆਏਗਾ। ਦੁਪੱਟੇ ਦੇ 4 ਸਾਈਡ ਤੇ ਜਿਹੜਾ ਵਰਕ ਰਹੇਗਾ, ਬਹੁਤ ਪਿਆਰਾ ਦੁਪੱਟਾ ਆ, ਔਰ ਇਹਦੇ 4 ਸਾਈਡ ਤੇ ਹੀ ਇਦਾਂ ਲਟਕਣ ਰਹਿਣਗੇ। ਬਹੁਤ ਪਿਆਰਾ ਪੀਸ ਹੈਗਾ। ਇਹ ਵੀ ਸੋਲੋ ਆਰਟੀਕਲ ਹੈ। ਇਹਦੇ ਗਲੇ ਤੇ ਪੈਚ ਵਰਕ ਰਹੇਗਾ, ਵੀ ਸ਼ੇਪ ਚ ਗਲਾ ਆਏਗਾ ਕੱਟ ਵਰਕ ਦਾ। ਸਾਈਡਾਂ ਤੇ ਇਹਦੇ ਲੇਸ ਲੱਗੀ ਹੋਈ ਹੈਗੀ ਮਲਟੀ ਕਲਰ ਦੀ, ਇਹ ਵਰਕ ਆਏਗਾ। ਇਹ ਨੀਚੇ ਤੇ ਇਹਦੇ ਵਰਕ ਆਏਗਾ, ਫਲਾਵਰ ਬਣੇ ਹੋਏ ਵਰਕ ਹੋਇਆ ਹੋਇਆ। ਇਹਦੇ ਨੀਚੇ ਘੇਰੇ ਤੇ ਇਹ ਜਿਹੜਾ ਕੱਟ ਵਰਕ ਰਹੇਗਾ, ਇਹਦੇ ਕੱਟ ਵਰਕ ਰਹੇਗਾ ਨੀਚੇ ਘੇਰੇ ਤੇ। ਇਹਦੇ ਤੇ ਔਰਗੰਜਾ ਲੱਗ ਕੇ ਵਰਕ ਹੋਇਆ ਹੋਇਆਗਾ। ਬੈਕ ਇਹਦੀ ਪਲੇਨ ਰਹੇਗੀ, ਬਾਜੂ ਪਲੇਨ ਰਹਿਣਗੀਆਂ, ਬੋਟਮ ਇਹਦੀ ਰਿਓਨ ਕਾਟਨ ਦੀ ਆਏਗੀ ਪਲੇਨ ਚ। ਇਹਦਾ ਦੁਪੱਟਾ ਆਏਗਾ ਬਹੁਤ ਪਿਆਰਾ ਜਿਹਾ, ਔਰਗੰਜਾ ਦਾ ਦੁਪੱਟਾ ਆ। ਦੇਖੋ ਸਾਰੇ ਚ ਨਾ ਵਰਕ ਹੋਇਆ ਹੋਇਆ ਦੁਪੱਟੇ ਚ, ਔਰ ਨੀਚੇ ਬਾਰਡਰ ਤੇ ਇਦਾਂ ਹੀ ਜਿੱਦਾਂ ਸੇਮ 3 ਫਲਾਵਰ ਸੇਮ ਜਿੱਦਾਂ ਘੇਰੇ ਤੇ ਉਹਦੇ ਸ਼ਰਟ ਦੇ, ਉਦਾਂ ਹੀ ਇਹਦੀ ਦੁਪੱਟੇ ਚ ਵਰਕ ਆਏਗਾ 3 ਫਲਾਵਰ। ਇਹ 4 ਸਾਈਡ ਤੇ ਮਲਟੀ ਕਲਰ ਦੀ ਲੈਸ ਆਏਗੀ, ਬਹੁਤ ਪਿਆਰੀ ਲੈਸ ਲੱਗੀ ਹੋਈ ਹੈਗੀ, ਬਹੁਤ ਪਿਆਰਾ ਔਰਗੰਜਾ ਦਾ ਦੁਪੱਟਾ ਹੈ, ਬਹੁਤ ਪਿਆਰਾ ਸੂਟ ਆ, ਨੋਰਮਲ ਰੇਂਜ ਆ। ਜਿਹੜੀ ਸ਼ਰਟ ਆਏਗੀ ਔਰਗੰਜਾ ਤੇ ਆਏਗੀ, ਬਹੁਤ ਪਿਆਰਾ ਇਹਦੇ ਵਰਕ ਹੋਇਆ ਹੋਇਆ। ਇਹ ਦੇਖੋ ਇਹ ਲੈਸ ਲੱਗ ਕੇ ਪੈਚ ਵਰਕ ਵਾਂਗੂ ਆ, ਇਹਦਾ ਗਲਾ ਆ, ਮੋਤੀਆਂ ਦੀ ਲੈਸ ਹੈਗੀ। ਇਹਦੀ ਬਾਜੂ ਆਣਗੀ, ਬਹੁਤ ਪਿਆਰਾ ਜਿਹੜਾ ਵਰਕ ਆਏਗਾ ਬਾਜੂ ਤੇ, ਕੱਟ ਵਰਕ ਵੀ ਆਏਗਾ। ਇਹਦੇ ਚ ਸ਼ਰਟ ਚ ਲਾਈਨਿੰਗ ਲੱਗੇਗੀ, ਇਹਦਾ ਨੀਚੇ ਘੇਰਾ ਆਏਗਾ। ਪੂਰੀ ਸ਼ਰਟ ਬਹੁਤ ਪਿਆਰੀ ਆ, ਘੇਰਾ ਬਹੁਤ ਅੱਛਾ ਲੱਗਦਾ, ਇਹਦੀਆਂ ਬਾਜੂ ਬਹੁਤ ਅੱਛੀਆਂ ਬਣੀਆਂ ਹੋਈਆਂ ਨੇਗੀਆਂ। ਇਹਦੇ ਚ 3 ਕਲਰ ਆਣਗੇ। ਇਹਦੀ ਜਿਹੜੀ ਬੋਟਮ ਆਗੀ ਉਹ ਰਿਓਨ ਕਾਟਨ ਦੀ ਰਹੇਗੀ ਪਲੇਨ ਚ। ਇਹਦਾ ਦੁਪੱਟਾ ਰਹੇਗਾ, ਬਹੁਤ ਪਿਆਰਾ ਦੁਪੱਟਾ ਆ, ਦੁਪੱਟੇ ਚ ਵਰਕ ਹੋਇਆ ਹੋਇਆ। ਸਾਈਡਾਂ ਤੇ ਇਦਾਂ ਦੀ 4 ਲੈਸ, ਸਾਈਡ ਤੇ ਲੈਸ ਰਹੇਗੀ, ਬਹੁਤ ਪਿਆਰਾ ਕਲਰ ਆ, ਕੰਟਰਾਸਟ ਦੁਪੱਟੇ ਆ ਇਹਦੇ ਨਾਲ। ਨੈਕਸਟ ਕਲਰ ਆਏਗਾ, ਇਹਦਾ ਗਲਾ ਆਏਗਾ। ਇਹਦੀ ਬਾਜੂ ਤੇ ਵਰਕ ਆਏਗਾ, ਨੀਚੇ ਕੱਟ ਵਰਕ ਵੀ ਹੋਇਆ ਹੋਇਆ, ਸੇਮ ਹੀ ਘੇਰੇ ਤੇ ਰਹੇਗਾ, ਘੇਰੇ ਤੇ ਵੀ ਨੀਚੇ ਕੱਟ ਵਰਕ ਹੋਇਆ ਹੋਇਆ। ਬੋਟਮ ਪਲੇਨ ਰਹੇਗੀ, ਕੰਟਰਾਸਟ ਦੁਪੱਟਾ ਆਏਗਾ।
ਦੁਪੱਟੇ 'ਚ ਮਿਰਰ ਵਰਕ ਹੋਇਆ ਵਿਆ, ਹੋਰ ਸਾਈਡ 'ਤੇ ਵਾਲੀ ਲੇਸ ਰਹੇਗੀ ਇੱਦਾਂ ਦੀ। ਔਰਗੰਜਾ ਦੀ ਸ਼ਰਟ ਰਹੇਗੀ, ਔਰਗੰਜਾ ਦੀ ਦੁਪੱਟਾ ਰਹੇਗਾ, ਰਿਓਨ ਕਾਟਨ ਦੀ ਪਲੇਨ ਬੋਟਮ ਆਏਗੀ। ਇਹਦਾ ਲਾਸਟ ਕਲਰ ਆ। ਦੇਖੋ ਗਲਾ ਮੋਤੀ ਵਰਕ, ਮੋਤੀ ਲੈਸ ਹੈਗੀ। ਇਹਦਾ ਗਲਾ ਰਹੇਗਾ, ਬਾਜੂ ਤੇ ਵਰਕ ਆਏਗਾ, ਇਹਦੇ ਨੀਚੇ ਆਏਗਾ। ਇਹਦੀ ਪਲੇਨ ਰਿਓਨ ਕਾਟਨ ਦੀ ਬੋਟਮ ਰਹੇਗੀ, ਇਹ ਕੰਟਰਾਸਟ ਦੁਪੱਟਾ ਆਏਗਾ ਇਹਦੇ ਨਾਲ। ਬਹੁਤ ਪਿਆਰਾ ਸੂਟ ਹੈਗਾ। ਇਹਦੀ ਸ਼ਰਟ 'ਚ ਜਿਹੜੀ ਲਾਈਨਿੰਗ ਲੱਗੇਗੀ, ਹੋਰ ਸਾਈਡ 'ਤੇ ਲੇਸ ਲੱਗੇਗੀ। ਤੁਹਾਨੂੰ ਸਾਡੇ ਅੱਜ ਦੇ ਆਰਟੀਕਲ 'ਚੋਂ ਕੋਈ ਵੀ ਆਰਟੀਕਲ ਪਸੰਦ ਆਉਂਦਾ ਤਾਂ ਤੁਸੀਂ ਦਿੱਤੇ ਗਏ ਨੰਬਰ 'ਤੇ ਸਕਰੀਨਸ਼ਾਟ ਭੇਜ ਕੇ ਆਰਡਰ ਕਰ ਸਕਦੇ। ਜੇ ਤੁਹਾਨੂੰ ਮੇਰੀ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਐਂਡ ਸ਼ੇਅਰ ਕਰਨਾ। ਥੈਂਕ ਯੂ।